ਪਿਆਰਾ ਸਿੰਘ ਜੀ, ਵੇਲਾ ਸਿੰਘ ਜੀ, ਇਹ ਖਸਰਾਣੀ ਦਾ ਪੁੱਤਰ ਸੀ ਜੀ, ਜੀ ਉਹ ਮਾਰਿਆ, ਸੁਨਿਆਰੇ ਦੋ ਮਾਰੇ ਚਾਚਾ। ਅੱਬਾ ਜੀ ਬਾਅਦ ਵਿੱਚ ਫਿਰ ਪੁੱਤਰਾਂ ਨੂੰ ਯਾਦ ਕਰਕੇ ਤਿੰਨਾਂ ਨੂੰ ਕਿੰਨਾ ਕੁ ਰੋਂਦੇ ਸਨ? ਖੇਸਰਾ ਵੱਡੇ ਦਾ ਨਾਂ ਸੀ ਜੀ, ਸੋਹਣਾ ਸੋਹਣ ਸਿੰਘ ਛੋਟੇ ਦਾ, ਹਾਂਜੀ, ਉਹਦੇ ਛੋਟਾ ਮੋਹਣਾ, ਉਹਦੇ ਛੋਟਾ ਸੂਬਾ, ਇਹ ਹਨ ਚਾਰ ਭਰਾ। ਠੀਕ ਹੈ, ਇਹ ਕਿਹਦੇ ਪੁੱਤਰ ਸਨ? ਉਹ ਜਦੋਂ ਤੁਹਾਨੂੰ ਪਤਾ ਲੱਗਾ ਸੀ ਕਿ ਹੁਣ ਜੱਥਾ ਆਈ ਹੈ ਤੇ ਤੁਸੀਂ ਜਦੋਂ ਨੱਸ ਕੇ ਤੇ ਲੁਕਣ ਵਾਸਤੇ ਗਏ ਸੋ, ਉਦੋਂ ਤੁਹਾਡੇ ਜ਼ਿਹਨ 'ਚ ਕੀ ਚੱਲਦਾ ਸੀ ਪਿਆ? ਤੁਸੀਂ ਕਿੰਨਾ ਹਾਂਜੀ ਬਜ਼ੁਰਗੋ, ਸਲਾਮਾਲੇਕਮ। ਵਾਲੇਕੁਮ ਸਲਾਮ ਬਜ਼ੁਰਗੋ, ਤੁਹਾਡਾ ਨਾਂ ਕੀ ਹੈ? ਮਹਿੰਦ ਬੂਟਾ। ਸਹੀ, ਤੇ ਤੁਹਾਡੇ ਅੱਬਾ ਜੀ ਦਾ ਨਾਂ ਕੀ ਸੀ? ਅਲੀ ਮਾਮਾ। ਤੇ ਤੁਹਾਡੇ ਦਾਦੇ ਹੋਰਾਂ ਦਾ ਨਾਂ? ਰਲਾ ਰਾਮ। ਰਲਾ ਰਾਮ, ਤੇ ਤੁਹਾਡੀ ਜ਼ਾਤ ਕਿਹੜੀ ਹੈ? ਚੀਮੇ। ਚੀਮੇ ਜੱਟ, ਚੀਮਾ ਬਲਾਦਰੀ। ਤੇ ਇਹ ਜਿਹੜਾ ਪਿੰਡ ਹੈ ਜਿੱਥੇ ਤੁਸੀਂ ਬੈਠੇ ਹੋ, ਇਹਦਾ ਨਾਂ ਕੀ ਹੈ? ਇਹਦਾ ਨਾਂ ਕਾਲੇ ਵਾਲਾ। ਤੇ ਇਹਦਾ ਜ਼ਿਲ੍ਹਾ ਕਿਹੜਾ ਹੈ? ਜ਼ਿਲ੍ਹਾ ਗੁਜਰਾਂਵਾਲਾ। ਇਹਦੀ ਤਹਿਸੀਲ? ਵਜ਼ੀਰਾਬਾਦ। ਸਹੀ ਹੈ, ਤੇ ਇਹਦੇ ਆਲੇ ਦੁਆਲੇ ਦੇ ਜਿਹੜੇ ਕੁਛ ਪਿੰਡ ਨੇ ਨਾ, ਉਹਨਾਂ ਦਾ ਮੈਨੂੰ ਨਾਂ ਦੱਸ ਸਕਦੇ ਹੋ? ਆਲੇ ਦੁਆਲੇ ਦੇ ਜਿਹੜੇ ਪਿੰਡ ਨੇ ਇਹਦੇ? ਆਲੇ ਦੁਆਲੇ ਦੱਸਾਂ। ਹਾਂਜੀ ਜੀ ਜੀ ਦੱਸੋ। ਗਿੱਲ ਵਾਲਾ। ਹਾਂਜੀ, ਅੱਗੇ ਬੈਂਕਾ ਚੀਮਾ ਜੀ, ਨਾਲ ਇੱਧਰ ਕਲੇਰ ਆ ਜਾਂਦੇ ਨੇ। ਹਾਂਜੀ, ਇਹਦੇ ਸਰਦੀ ਵਾਲੀ ਆ ਗਈ ਜੀ, ਇਹਦੇ ਚੱਬਾ ਚੀਮਾ ਆ ਗਿਆ ਜੀ, ਇਹਦੇ ਲੱਦੇ ਵਾਲਾ ਆ ਗਿਆ। ਹਾਂਜੀ, ਪਰ ਆ ਸਾਈਡ 'ਤੇ ਥੋੜ੍ਹਾ ਜਿਹਾ ਆਮਦ ਨਗਰ ਆ ਗਿਆ। ਅਤੇ ਤੁਹਾਡੀ ਕਿੰਨੀ ਕੁ ਉਮਰ ਹੈ ਇਸ ਵੇਲੇ? ਇਸ ਵੇਲੇ ਮੇਰੀ 85-86 ਸਾਲ ਦੀ ਉਮਰ। ਹਾਂ, ਮਤਲਬ 47 'ਚ ਜਦੋਂ ਰੋਲੇ ਪਏ ਨੇ ਤੁਸੀਂ 12 ਕੁ ਸਾਲਾਂ ਦੇ ਸੋ? ਉਦੋਂ 14 ਸਾਲਾਂ ਦੇ ਸੋ। 1947 ਤੋਂ ਪਹਿਲਾਂ ਇਸ ਪਿੰਡ ਦੇ ਵਿੱਚ ਕਿਹੜੀਆਂ ਕਿਹੜੀਆਂ ਬਲਾਦਰੀਆਂ ਰਹਿੰਦੀਆਂ ਸਨ? ਇਹ ਪਿੰਡ 'ਚ? ਹਾਂਜੀ, ਚੀਮਾ ਬਲਾਦਰੀ ਆਮ ਸੀ ਜੀ, ਹੋਰ ਵਿਰਲੇ ਘਰ ਹੋਣਗੇ ਥੋੜ੍ਹੇ ਬਾਦੇ, ਜਾਂ ਇੱਥੇ ਕਸ਼ਮੀਰੀ ਸਨ। ਹਾਂਜੀ, ਇਹ ਘਰ ਵਿੱਚ ਸੀ ਧਾੜੀ ਵਾਲਾਂ ਦਾ ਸੀ ਜੀ, ਇੱਕ ਘਰ ਵਿਰਗਾਂ ਦਾ ਸੀ। ਹਾਂਜੀ, ਉਹ ਇਸ ਤਰ੍ਹਾਂ ਕਰਕੇ ਵਿਰਲੇ ਵਿਰਲੇ ਸਨ ਘਰ ਹੋਰ ਵੀ। ਹਾਂਜੀ ਬਿਲਕੁਲ ਠੀਕ ਹੈ, ਜ਼ਿਆਦਾ ਜਿਹੜੇ ਹਨ ਚੀਮਾ ਬਲਾਦਰੀ ਸਨ ਜੀ। ਸਹੀ, ਮੁਸਲਮਾਨਾਂ ਦੇ ਘਰ ਕਿੰਨੇ ਕੁ ਸਨ ਅਤੇ ਸਿੱਖਾਂ ਦੇ ਕਿੰਨੇ ਕੁ ਸਨ? ਇੱਥੇ ਹਾਂਜੀ ਤਕਰੀਬਨ ਅੱਧਾ ਪਿੰਡ ਮੁਸਲਮਾਨਾਂ ਦਾ ਸੀ। ਹਾਂਜੀ, ਅੱਧਾ ਪਿੰਡ ਇਹਨਾਂ ਦਾ ਸਿੱਖਾਂ ਦਾ ਸੀ ਜੀ। ਸਹੀ ਹੈ, ਜਿਹੜੇ ਸਿੱਖਾਂ ਦੇ ਵਿੱਚੋਂ ਕੁਛ ਨਾਮੀ ਗ੍ਰਾਮੀ ਬੰਦੇ ਨੇ, ਉਹਨਾਂ ਦਾ ਮੈਨੂੰ ਨਾਂ ਦੱਸ ਸਕਦੇ ਹੋ? ਜਿਹੜੇ ਸਿੱਖਾਂ ਦੇ ਬੰਦੇ ਹਨ? ਹਾਂਜੀ, ਨਾਮੀ ਗ੍ਰਾਮੀ ਉੱਚੀ ਸਿਰ ਪੱਗ ਵਾਲੇ। ਹਾਂ, ਦੱਸ ਸਕਦੇ ਹਾਂ ਜੀ, ਜਿਹੜੇ ਇੱਥੇ ਰਹਿ ਗਏ ਨੇ। ਹਾਂਜੀ, ਉਹਨਾਂ ਦਾ ਨਾਂ ਵੀ ਪੁੱਛਣਾ ਜੀ? ਸਾਰਿਆਂ ਦਾ ਨਾਂ ਦੱਸ ਦਿਓ, ਜਿਹੜੇ ਰਲੇ ਮਿਲੇ ਸਾਰੇ ਆਏ ਸਨ। ਰਲੇ ਮਿਲੇ? ਹਾਂਜੀ, ਜਿਹੜੇ ਮੁਸਲਮਾਨ ਹੋ ਗਏ ਜਾਂ ਜਿਹੜੇ ਇੰਡੀਆ? ਸਾਰੇ ਦੱਸ ਦਿਓ। ਠੀਕ ਹੈ, ਖੇਸਰਾ ਵੱਡੇ ਦਾ ਨਾਂ ਸੀ ਜੀ, ਸੋਹਣਾ ਸੋਹਣ ਸਿੰਘ ਛੋਟੇ ਦਾ, ਹਾਂਜੀ, ਉਹਦੇ ਛੋਟਾ ਮੋਹਣਾ, ਉਹਦੇ ਛੋਟਾ ਸੂਬਾ, ਇਹ ਹਨ ਚਾਰ ਭਰਾ। ਠੀਕ ਹੈ, ਇਹ ਕਿਹਦੇ ਪੁੱਤਰ ਸਨ? ਉਹ ਨਹੀਂ ਮੈਨੂੰ ਪਤਾ। ਅੱਛਾ ਅੱਛਾ, ਠੀਕ ਹੈ, ਉਹ ਕਿਉਂ ਬਜ਼ੁਰਗ ਸਨ? ਠੀਕ ਹੈ ਠੀਕ ਹੈ, ਅੱਗੇ ਹੋਰ ਅੱਗੇ ਹਨ ਧਾੜੀ ਵਾਲਾ ਹੈਗਾ ਜੀ, ਇਹਦੇ ਨਾਲ ਦਿਆਲ ਸਿੰਘ, ਗੌਰ ਸਿੰਘ ਜੀ, ਅਤੇ ਅੱਗੋਂ ਉਹਨਾਂ ਦੇ ਬੱਚੇ ਸਨ ਜੀ, ਨੋਖਾ, ਤਰਲੋਕਾ, ਜੰਜੀਰਾ, ਸ਼ੀਸ਼ਾਨ, ਜੀਤਾ, ਅੰਜ ਕਰਕੇ ਬੱਚੇ ਹਨ ਉਹਨਾਂ ਦੇ। ਸਹੀ ਹੈ, ਤੁਹਾਡੇ ਨੇੜਕੇ ਕਿਹੜੇ ਸਨ ਇਹਨਾਂ ਵਿੱਚੋਂ ਜਿਹੜੇ? ਸਾਡੇ ਨੇੜੇ? ਹਾਂਜੀ, ਸਾਡੇ ਨੇੜੇ ਹਨ ਦੋਲਾ ਸਿੰਘ ਜੀ, ਦੇਸੁਰੀ ਜੀ, ਸਿੰਘੇ ਵਾਲਾ ਖੂਹ, ਉੱਥੇ ਸੋਹਣੇ ਰਿਹਾਉਂਦੇ ਹਨ ਮਿਲਖੀ। ਹਾਂਜੀ ਜੀ ਜੀ, ਸਾਡੇ ਨਜ਼ਦੀਕੀ ਸਨ। ਸਹੀ ਹੈ, ਜਾਂ ਸਾਡੇ ਨਜ਼ਦੀਕੀ ਮੁਸਲਮਾਨ ਸਨ। ਹਾਂਜੀ, ਉਹ ਕੌਣ ਸਨ? ਉਹ ਅਗਲੇ ਮੁਸਲਮਾਨ। ਹਾਂਜੀ, ਉਹ ਕੋਈ 5-6 ਪੀੜ੍ਹੀਆਂ ਪਹਿਲਾਂ ਮੁਸਲਮਾਨ ਹੋ ਗਏ। ਚੀਮੇ? ਸਹੀ ਹੈ, ਉਹ ਵੀ ਚੀਮੇ ਸਨ। ਉਹਨਾਂ ਦੇ ਨਾਂ ਦੱਸ ਦਿਓ। ਖੁਸ਼ੀ ਮੁਹੰਮਦ ਜੀ, ਗੁਲਾਮ ਇਦਰ, ਹਾਂਜੀ, ਅਤੇ ਗੁਲਾਮ ਨਿਰਾ ਜੀ, ਨੂਰ, ਸਰਦਾਰ ਜੀ, ਸ਼ਾਣਾ, ਸੈਦ, ਉਮਰ, ਉਹਨਾਂ ਦੇ ਅਜੇ ਨਾਂ। ਸਕੂਲ ਐ ਸੀ ਇਸ ਪਿੰਡ 47 ਤੋਂ ਪਹਿਲਾਂ? ਨਹੀਂ, ਕੋਈ ਨਹੀਂ ਸੀ, ਗਿੱਲ ਵਾਲਾ ਸਕੂਲ ਸੀ। ਹਾਂ, ਉੱਥੇ? ਅੱਛਾ, ਉੱਥੇ ਮੁੰਡੇ ਪੜ੍ਹਨ ਜਾਂਦੇ ਸਨ? ਉੱਥੇ ਪੜ੍ਹਨ ਜਾਂਦੇ ਸਨ। ਤੁਸੀਂ ਸਕੂਲ ਪੜ੍ਹੇ ਹੈ? ਮੈਂ? ਹਾਂਜੀ। ਨਹੀਂ? ਸਹੀ, ਟੀਮ ਹੋ ਗਿਆ। ਹਾਂ ਠੀਕ ਹੈ, ਸਾਨੂੰ ਕਿਸ ਸਕੂਲੇ ਕਰਨਾ ਸੀ। ਸਹੀ ਸਹੀ। ਅੱਛਾ, ਤੇ ਪਿੰਡ 'ਚ ਜਿਹੜੇ ਉਦੋਂ ਤੁਹਾਡੇ ਨਾਲ ਖੇਡਣ ਵਾਲੇ ਮੁੰਡੇ ਸਨ ਨਾ, ਜਿਵੇਂ ਬੱਚੇ ਆਪਸ ਵਿੱਚ ਖੇਡਦੇ ਨੇ, ਉਹ ਜਿਹੜੇ ਤੁਹਾਡੇ ਨਾਲ ਮੁੰਡੇ ਖੇਡਦੇ ਸਨ, ਉਹਨਾਂ ਦੇ ਤੁਹਾਡਾ ਨਾਂ ਦੱਸੋ ਜਿਹੜੇ ਤੁਹਾਡੇ ਨਾਲ ਖੇਡਦੇ ਸਨ। ਸਾਡੇ ਖੇਡ ਜਿਹੜਾ? ਹਾਂਜੀ, ਨੋਖਾ, ਤਰਲੋਕਾ ਜੀ, ਅਤੇ ਸਵਰਨ ਜੀ, ਸ਼ੀਸ਼ਨ। ਹਾਂਜੀ, ਅੰਜ ਕਰਦੇ ਮੁੰਡੇ ਹਨ। ਹਾਂ, ਅਤੇ ਕੀ ਖੇਡਦੇ ਸੋ ਉਦੋਂ? ਆ ਗੁੱਲੀ ਡੰਡਾ ਜਾਂ ਮਤਲਬ ਖੇਜੂ ਟੱਲਾ ਖੇਡਣਾ। ਹਾਂ, ਹੋਰ ਖੇਡਣਾ ਸੀ। ਸਹੀ, ਲੁਕਣ ਮਿੱਟੀ, ਛੂਣ ਮਿੱਟੀ ਵੀ ਖੇਡਦੇ ਸੋ? ਲੁਕਣ ਮਿੱਟੀ ਵੀ ਖੇਡਦੇ ਹਨ ਬੱਚੇ। ਹਾਂ, ਪਿੰਡ ਦੇ ਵਿੱਚ ਨੰਬਰਦਾਰ ਕਿੰਨੇ ਸਨ ਉਦੋਂ? ਤਿੰਨ।
ਸਹੀ ਹੈ, ਕਿਹੜੇ ਕਿਹੜੇ? ਇੱਕ ਸੀ ਸੋਹਣ ਸਿੰਘ ਜੀ, ਇੱਕ ਮੇਰਾ ਸੀ ਤਾਇਆ ਸੀ ਦੇਵੀ ਜੀਤਾ ਜੀ ਜੀ ਸਕਾ ਤਾਇਆ ਦੇਵੀ ਜੀਤਾ, ਹਾਂਜੀ, ਇੱਕ ਬੂਟੇ ਲੰਬੜਦਾਰ ਦਾ ਪਿਓ ਖੁਸ਼ੀ ਮਮਜ਼ੋਰ ਦਾ ਸੀ, ਹਾਂਜੀ, ਇਹ ਲੰਬੜਦਾਰ ਤਿੰਨ ਤਿੰਨੇ ਲੰਬੜਦਾਰ ਸਨ, ਤਿੰਨ ਸਹੀ ਹੈ। ਅਤੇ ਪਿੰਡ ਦੇ ਵਿੱਚ ਜਿਹੜੇ ਚੀਮੇ ਸਨ ਉਹਨਾਂ 'ਚੋਂ ਸਭ ਤੋਂ ਜ਼ਿਆਦਾ ਪੋਇਮਰਲਾ ਕਿਹਦਾ ਸੀ? ਪੋਇਮਰਲਾ, ਹਾਂਜੀ, ਇਹਨਾਂ ਦਾ, ਇਹਨਾਂ ਦਾ ਕਿੰਨਾ ਸੀ? ਚੌਧਰੀ ਮਮਨ ਦਾ, ਹਾਂਜੀ, ਕਿੰਨਾ ਸੀ ਇਹਦਾ? ਕੋਈ ਵਾਹ 70-80 ਕਿੱਲੇ ਹੋਣਾ, 70-80 ਕਿੱਲੇ। ਅਤੇ ਸਿੱਖਾਂ 'ਚੋਂ ਕਿਹਦਾ ਸਭ ਤੋਂ ਬਹੁਤੀ ਜੀਵੀਂ ਸੀ? ਸਿੱਖਾਂ 'ਚੋਂ ਕਿਹਦੀ ਬਹੁਤੀ ਜੀਵੀਂ ਸੀ ਸਭ ਤੋਂ? ਸਿੱਖਾਂ 'ਚੋਂ, ਹਾਂਜੀ, ਬਸ ਦਿਆਲ ਸਿੰਘ ਜੀ, ਧੜੀ ਵਾਲਾ ਜੀ, ਧੜੀ ਵਾਲਿਆਂ। ਸਾਡੇ ਪਿੰਡ ਜਿੰਨੇ ਖੂਹ ਨੇ, ਹਾਂਜੀ, ਖੂਹ ਸਨ ਜਿਹੜੇ ਉਸ ਵੇਲੇ ਡੇਰੇ ਖੂਹ ਆ, ਹਾਂਜੀ, ਦੱਸਣਾ ਅੱਜ ਖੂਹ ਦਾ ਨਾਂ ਤਾਂ ਜੀ ਭਾਰੇ ਵਾਲਾ, ਭਾਰੇ ਵਾਲਾ, ਠੀਕ ਹੈ, ਸਹੀ ਹੈ। ਅੱਗੇ ਵਾਲਾ ਸੀ ਖੁੰਡੀ ਵਾਲਾ ਜੀ ਜੀ, ਉਦੋਂ ਇਹਦੇ ਸਾਈਡ 'ਤੇ ਰੰਗੂ ਵਾਲਾ, ਹਾਂਜੀ, ਇਹਨਾਂ ਖੂਹ ਦਾ ਨਾਂ ਹੀਰੋਈ ਵਾਲਾ ਜੀ ਜੀ, ਉਹਦੇ ਨਾਲ ਪੱਕਾ, ਸ਼ਮਲੇ ਵਾਲਾ, ਘਮਿਆਰਾਂ ਵਾਲਾ ਜੀ, ਐਮਾ, ਠੀਕ ਹੈ, ਗੋੜਾ, ਅਤੇ ਅੱਗੇ ਭਰਾਂ ਨਰੇ ਵਾਲਾ, ਬਾਗ ਵਾਲਾ, ਸਹੀ, ਜਗਣੇ ਵਾਲਾ, ਕਲਰ ਵਾਲਾ, ਦੁਪੱਟਾ, ਤੁਸੀਂ ਸਿੰਘੇ ਵਾਲਾ, ਮਾਸ਼ਾ ਅੱਲਾ ਪੂਰੀ ਹਿਸਟਰੀ ਦੱਸ ਦਿੱਤੀ ਹੈ ਤੁਸੀਂ ਤਾਂ, ਸਹੀ ਹੈ, ਮੁਸ਼ਕੁਰਾ ਰਿਹਾ ਹੋਵੇਗਾ, ਸਹੀ ਹੈ। ਕੌਡੀ ਖੇਡੀ ਜਾਂਦੀ ਸੀ ਪਿੰਡ 'ਚ ਉਦੋਂ? ਮੁੰਡੇ ਛੁੰਡੇ ਖੇਡਦੇ ਹਨ, ਹਾਂਜੀ, ਕੋਈ ਅਤੇ ਨਾਲੇ ਮੁਸਲਮਾਨਾਂ ਨੇ ਨਮਾਜ਼ ਪੜ੍ਹਨੀ, ਹਾਂਜੀ, ਸਿੱਖਾਂ ਨੇ ਕੜਾਹ ਖਾ ਕੇ ਉਹਨਾਂ ਵੀ ਆ ਜਾਣਾ, ਹਾਂਜੀ, ਉਸੇ ਫਿਰ ਆਪੇ ਵਿੱਚ ਰਲ ਕੇ ਕੌਡੀ ਖੇਡਦੇ ਹਨ, ਸਹੀ ਹੈ। ਅਤੇ ਲਾਮੀਓ ਵੀ ਮਤਲਬ ਲੋਕ ਛਿੰਝਾਂ ਪੈਂਦੀਆਂ ਸਨ, ਉੱਥੋਂ ਵੀ ਖੇਡਣ ਆਉਂਦੇ ਸਨ ਲੋਕ? ਛਿੰਝਾਂ ਲਾਮੇ ਪੈਂਦੀਆਂ ਹਨ, ਸਹੀ, ਆਮਦਾਰ ਅਗਰ ਪੈ ਗਈ, ਹਾਂਜੀ, ਜਾਂ ਇਸ ਤਰ੍ਹਾਂ ਕਿਲੇ ਹੋਰ ਜੇ ਪੈ ਗਈ ਜੀ, ਸਹੀ, ਛਿੰਝਾਂ ਲਾਮੇ ਪੈਂਦੀਆਂ। ਅਤੇ ਇੱਥੇ ਕੋਈ ਮੇਲੇ ਵੀ ਲੱਗਦੇ ਸਨ ਇੱਥੇ ਆਲੇ ਦੁਆਲੇ ਪਿੰਡਾਂ 'ਚ ਜਾਂ ਫਿਰ ਇੱਥੇ ਕਾਲੇ ਵਾਲੇ? ਗਿੱਲ ਵਾਲੇ, ਬਾਬੇ ਨੂਰ ਦੀਨ ਦਾ ਮੇਲਾ ਹੁੰਦਾ ਜੀ ਜੀ, ਗਿੱਲ ਵਾਲੇ, ਅਤੇ ਹੋਰ ਤਾਂ ਮੇਲੇ ਜਿਹੜੇ ਹਨ ਦੂਰ ਹੀ ਸਨ। ਮੁੰਡੇ ਛੁੰਡੇ ਜਿਹੜੇ ਮੇਲਿਆਂ ਦੇ ਉੱਤੇ ਜਾਂਦੇ ਸਨ ਉਦੋਂ ਜਾਂਦੇ ਸਨ? ਕੌਡੀ ਦਾ ਸਭ ਤੋਂ ਵਧੀਆ ਪਲੇਅਰ ਕਿਹੜਾ ਸੀ ਪਿੰਡ 'ਚ ਇੱਥੇ ਕੌਡੀ ਦਾ? ਹਾਂਜੀ, ਕੌਡੀ ਦਾ ਨਹੀਂ, ਘੁਲਣ ਦਾ ਪਲੇਅਰ, ਹਾਂ, ਘੁਲਣ ਦਾ ਕੌਣ ਪਲੇਅਰ ਸੀ? ਅਮਰ ਸਿੰਘ ਧਾੜੀ ਵਾਲਾ, ਉਹ ਘੁਲਣ ਦਾ ਪਲੇਅਰ ਸੀ, ਉਹ ਘੁਲਣ ਦਾ ਪਲੇਅਰ ਸੀ, ਸਹੀ। ਜਦੋਂ ਤੁਸੀਂ ਪਿੰਡ 'ਚ ਮੁੰਡੇ ਇਕੱਠੇ ਹੁੰਦੇ ਸੋ ਅਤੇ ਨਹਿਰ ਦੀ ਉੱਤੇ ਨਾਨਸਣ ਵੀ ਜਾਂਦੇ ਸੋ, ਜਿਹੜੀ ਹੈ ਇਹ ਇੱਧਰ ਕਾਲੇ ਵਾਲੀ ਵਾਲੀ ਜਾਂ ਫਿਰ ਬੈਂਕੇ ਵਾਲੀ? ਮੈਂ ਤਾਂ ਕਦੇ ਰਹਾਂ ਗਿਆ, ਹਾਂਜੀ, ਬਾਕੀ ਹੋਰ ਮੁੰਡੇ ਜਾਂਦੇ ਹੋਣਗੇ, ਮੈਂ ਨਹੀਂ ਗਿਆ। ਸਹੀ ਹੈ, ਠੀਕ। ਅਤੇ 47 ਤੋਂ ਪਹਿਲਾਂ ਪਿੰਡ ਦੇ ਵਿੱਚ ਉਹਨਾਂ ਦਾ ਜਿਹੜਾ ਰਹਿਣ ਸਹਿਣ ਸੀ ਕਿਵੇਂ ਦਾ ਸੀ ਤੁਹਾਡਾ? ਮਤਲਬ ਅਮਨ ਸਲੂਕ ਮੁਸਲਮਾਨਾਂ ਨਾਲ ਰਹਿੰਦੇ ਸੋ ਤੁਸੀਂ ਉਦੋਂ ਹੀ ਜਾਣੇ? ਆਪੋ ਆਪਣੇ ਮਜ਼ਹਬ ਦੇ ਮੁਤਾਬਕ ਸੀ, ਹਾਂਜੀ, ਜਿਵੇਂ ਜਿਹਨੂੰ ਕਿਸੇ ਦਾ ਮਜ਼ਹਬ ਸੀ, ਹਾਂਜੀ, ਅਸੀਂ ਸਾਡਾ ਘਰ ਜਿਹੜਾ ਸੀ ਜੀ ਜਾਂ ਦੂਲਾ ਸਿੰਘ ਦਾ, ਹਾਂਜੀ, ਸਿੰਘ ਵਾਲੀਆਂ ਦਾ ਜੀ, ਇਹ ਅਸੀਂ ਆਪੇ ਵੀ ਨੇੜੇ ਸਾਂ, ਹਾਂਜੀ, ਅਸੀਂ ਬੱਕਰਾ ਛਤਰਿਆ ਗੁਜ਼ ਖਾਂਦੇ ਹਾਂ, ਦੂਜਾ ਨਾ ਖਾਂਦੇ, ਦੂਜਾ ਨਹੀਂ ਸੁਖਾਉਂਦੇ, ਬੱਕਰਾ ਛਤਰਿਆ ਕੁੱਕੜ ਬਸ ਇਹ ਖਾਂਦੇ ਹਾਂ। ਸਹੀ, ਸਾਨੂੰ ਆ ਗਿਆ ਸਰਵਰੀਏ ਜੀ, ਮੁਸਲਮਾਨ ਸਰਵਰੀ ਆਉਂਦੇ ਸਨ। ਅੱਛਾ, ਅਤੇ ਇੱਥੇ ਇਲਾਕੇ ਦੇ ਵਿੱਚ ਕੋਈ 47 ਤੋਂ ਪਹਿਲਾਂ ਕੋਈ ਚੋਰ ਆਇਆ ਸੀ ਮਸ਼ਹੂਰ ਇੱਥੇ ਇਸ ਇਲਾਕੇ ਦੇ ਵਿੱਚ? ਚੋਰ ਇਹ ਸੀ, ਕੌਣ? ਜਾਰਾ ਸਿੰਘ ਬੈਂਕਿਆ ਦਾ, ਠੀਕ ਹੈ। ਅਤੇ ਹੋਰ? ਹੋਰ ਬੰਤਾ ਸਿੰਘ ਸੱਲਾਂ ਦਾ ਸੀ, ਸੱਲ, ਇਹ ਜਿਹੜੇ ਕਿਲਾ ਦਰਦਾਰ ਸਿੰਘ ਦੇ ਕੋਲ, ਹਾਂਜੀ, ਪੋਮਾ ਬਾੜ ਦੇ ਕੋਲ, ਸਹੀ ਹੈ। ਇਹ ਦੋਵੇਂ ਨਾਮੀ ਗ੍ਰਾਮੀ ਚੋਰ ਸਨ, ਹਾਂਜੀ। ਜਾਰੇ ਦਾ ਇਸ ਇਲਾਕੇ 'ਚ ਕਿੰਨਾ ਕੁ ਨਾਮ ਵੱਜਦਾ ਸੀ? ਜਾਰੇ ਦਾ ਦੂਰ ਤੱਕ ਨਾਂ ਵੱਜਦਾ ਸੀ, ਇੱਥੇ ਨੇੜਾ ਨਹੀਂ ਵੱਜਦਾ, ਦੂਰ ਤੱਕ ਵੱਜਦਾ ਸੀ, ਸਿਆਲਕੋਟੋਂ ਜਾ ਕੇ ਇਕੱਲਾ ਡੰਗਰ ਖੋਲ੍ਹ ਲਿਆਉਂਦਾ ਸੀ, ਹਾਂਜੀ, ਇੱਕ ਪਿਸਤੌਲ ਹੁੰਦਾ ਸੀ, ਇੱਕ ਉਹਦੇ ਕੋਲ ਬਲਮ ਹੁੰਦੀ ਸੀ ਜੀ, ਬੰਦਿਆਂ ਨੂੰ ਬਿਠਾ ਕੇ ਆਖਣਾ ਡੰਗਰ ਖੋਲ੍ਹੋ ਅੱਗੇ ਲਾਓ, ਹਾਂਜੀ, ਡੰਗਰ ਲੈ ਆਉਂਦਾ ਸੀ। ਜਿਹੜੇ ਸਿੱਖ ਮੁਸਲਮਾਨ ਸਨ ਇਹਨਾਂ ਦਾ ਮੁਸਲਮਾਨ ਜੱਟਾਂ ਦੇ ਨਾਲ ਕਿੰਨਾ ਕੁ ਪਿਆਰ ਸੀ ਉਦੋਂ? ਇਹ ਆਪੇ ਵਿੱਚ ਇੰਝ ਸਨ ਜਿਸ ਤਰ੍ਹਾਂ ਇੱਕ ਦੂਜੇ ਬਲਾਦਰੀ ਹੁੰਦੀ ਹੈ, ਹਾਂਜੀ, ਸਹੀ, ਇੰਨਾ ਕੁ ਪਿਆਰ ਸੀ। ਵਰੀ ਵਰਤਨ ਵਿਆਹਾਂ ਦੇ ਉੱਤੇ ਵਧੀਆ ਹੁਣ ਜੀ, ਕੋਈ ਨੇਕੀ ਵਿੱਚ ਸਾਰੇ ਇਕੱਠੇ ਹੁੰਦੇ ਹਨ, ਹਾਂਜੀ, ਜਿਹੜਾ ਕੋਈ ਨਜਾਇਜ਼ ਕੰਮ ਕਰੇ ਉਹਨੂੰ ਸਾਰੇ ਜਾ ਕੇ ਛਿੱਤਰ ਮਾਰਦੇ ਹਨ, ਸਹੀ ਹੈ, ਤੂੰ ਕਿਉਂ ਨਜਾਇਜ਼ ਕੀਤਾ, ਸਹੀ, ਕਿਸੇ ਧੀ ਭੈਣ ਵੇਖਣਾ ਜਾਂ, ਹਾਂਜੀ, ਅੱਜ ਜਿਹੜਾ ਕੰਮ ਜਿਹੜਾ ਸੀ ਉਹਦੇ ਉੱਤੇ ਸਾਰੇ ਰਲ ਕੇ ਬ੍ਰੇਕ ਲਾਉਂਦੇ ਹਨ, ਹਾਂਜੀ ਹਾਂਜੀ, ਠੀਕ ਹੈ। ਪਿੰਡ 'ਚ ਮਸੀਤਾਂ ਹੈ ਸਨ ਉਦੋਂ? ਮਸਜਿਦ, ਮਸਜਿਦ, ਹਾਂਜੀ, ਹਾਂ, ਤਿੰਨ ਮਸਜਿਦਾਂ ਜੀ, ਇੱਕ ਸਿੱਖਾਂ ਦਾ ਗੁਰਦੁਆਰਾ, ਗੁਰਦੁਆਰਾ ਸੀ ਇੱਕ, ਗੁਰਦੁਆਰਾ ਹੁਣ ਹੈ ਵੇ ਕਿ ਨਹੀਂ? ਨਹੀਂ, ਕੋਈ ਨਿਸ਼ਾਨੀ ਨਹੀਂ ਬੱਚੀ ਉਹਦੀ, ਠੀਕ। ਫਿਰ ਅਸੀਂ ਹੁਣ ਆਉਂਦੇ ਹਾਂ ਜਦੋਂ 47 ਤੋਂ ਪਹਿਲਾਂ, ਤੁਹਾਡਾ ਨਾਂ ਕੀ ਸੀ ਪਹਿਲਾਂ? ਹਾਂਜੀ, ਸਵਰਨ। ਤੁਹਾਡਾ ਖਾਨਦਾਨ 47 ਤੋਂ ਪਹਿਲਾਂ ਸਿੱਖ ਸੀ? ਸਿੱਖ ਸੀ, ਸਹੀ ਹੈ। ਤੁਹਾਡੇ ਕਿੰਨੇ ਭਰਾ ਸਨ?
ਅਸੀਂ ਪੰਜ ਭਰਾ ਹਾਂ। ਸਹੀ, ਪਿੰਡ ਪਿੰਡ ਵਿੱਚ ਹਾਲਾਤ ਕਿਵੇਂ ਸਨ ਉਦੋਂ ਜਦੋਂ 47 ਦੇ ਰੋਲੇ ਪਏ ਸਨ, ਅਤੇ ਪਿੰਡ ਵਿੱਚ ਕਿਵੇਂ ਦੇ ਹਾਲਾਤ ਸਨ ਫਿਰ ਉਦੋਂ ਜਦੋਂ ਤੁਹਾਨੂੰ ਪਤਾ ਲੱਗਾ ਹੁਣ ਇੱਥੋਂ ਅਸਾਂ ਟੁਰ ਜਾਣਾ, ਹੁਣ ਇੱਥੋਂ ਸਾਨੂੰ ਇੰਨਾ ਕੱਢ ਦੇਣਾ, ਜਾਂ ਫਿਰ ਅਸੀਂ ਹੁਣ ਉੱਧਰ ਪਰਲੇ ਪਾਸੇ ਟੁਰ ਜਾਣਾ ਚੜ੍ਹਦੇ ਪੰਜਾਬ ਵਿੱਚ, ਅਤੇ ਉਦੋਂ ਜਿਹੜੇ ਜੇ ਮੁਸਲਮਾਨ ਹੋ ਗਏ ਨਾ, ਹਾਂਜੀ, ਉਹ ਤਾਂ ਹੋਏ ਸਨ ਰਹਿਣ ਵਾਸਤੇ ਜੀ, ਅਤੇ ਜਦੋਂ ਵੱਡਾ ਟੁੱਕੀ ਹੋਈ ਹੈ ਨਾ, ਹਾਂਜੀ, ਫਿਰ ਗਏ ਨੇ। ਨਹੀਂ, ਸਿੱਖਾਂ ਦੇ ਕਿੰਨੇ ਪੰਜ ਚਾਰ ਘਰ ਇੱਥੇ ਰਹਿ ਗਏ? ਇੱਕ ਮਿੰਟ, ਸਿੱਖਾਂ ਦੇ ਕਿੰਨੇ ਕੁ ਘਰ ਸਨ ਇੱਥੇ ਜਿਹੜੇ ਪੂਰੇ ਨੇ, ਕਿੰਨੇ ਕੁ ਘਰ ਸਨ 47 ਤੋਂ ਪਹਿਲਾਂ ਸਿੱਖਾਂ ਦੇ ਜਿਹੜੇ ਗਏ ਨੇ? ਨਹੀਂ ਨਹੀਂ, ਪੂਰੇ ਹੈ ਕਿੰਨੇ ਕੁ ਸਨ ਪੂਰੇ ਸਿੱਖਾਂ ਦੇ ਘਰ? ਕਿੰਨੇ ਕੁ ਸਨ? 40-50 ਘਰ। ਤੇ ਉਹ ਸਾਰੇ ਦੇ ਸਾਰੇ ਹੀ ਮੁਸਲਮਾਨ ਹੋ ਗਏ ਸਨ? ਸਾਰੇ ਮੁਸਲਮਾਨ ਹੋ ਗਏ। ਅੱਛਾ, ਠੀਕ ਹੈ, ਉਹ ਮੁਸਲਮਾਨ ਹੋ ਗਏ, ਸੁਨਿਆਰੇ ਵੀ, ਬਾਹਮਣ ਵੀ, ਸਭ ਮੁਸਲਮਾਨ ਹੋ ਗਏ। ਹਾਂ, ਸਹੀ ਹੈ, ਉਹ ਮੁਸਲਮਾਨ ਹੋ ਗਏ। ਫਿਰ ਕਿੰਨੇ ਕਿੰਨਾ ਕੁ ਚਿਰ ਇੱਥੇ ਮੁਸਲਮਾਨ ਬਣ ਕੇ ਤਰੇ ਸਨ ਇੱਥੇ? ਕੋਈ ਅਜੇ ਥੋੜ੍ਹਾ ਚਿਰ ਹੀ। ਹਾਂਜੀ, ਦਿਹਾੜੇ ਹੀ, ਦਿਹਾੜੇ ਹੀ 10-12 ਦਿਨ ਲਾ ਲਓ। ਹਾਂਜੀ, ਜਾਂ ਇਹ ਤੋਂ ਘੱਟ ਲਾ ਲਓ। ਸਹੀ ਹੈ, ਇਹ ਜਦੋਂ ਫਿਰ ਜਥਾ ਪਿਆ, ਉਹਨਾਂ ਫਿਰ ਬੰਦੇ ਮਾਰੇ ਨੇ। ਸਹੀ ਹੈ, ਫਿਰ ਬੰਦੇ ਗਏ ਨੇ। ਜਥਾ ਕਿੱਥੋਂ ਪਿਆ ਸੀ? ਨਿਜ਼ਾਮਾਬਾਦ। ਹਾਂਜੀ, ਗੱਖੜ। ਗੱਖੜ ਦੇ ਕਿਹੜੇ ਲੋਕ ਆਏ ਸਨ ਉਦੋਂ? ਇਹ ਤਾਂ ਹੁਣ ਮੈਨੂੰ ਨਹੀਂ ਪਤਾ। ਸਹੀ, ਠੀਕ ਹੈ। ਅੱਛਾ, ਹਾਂ, ਅੱਛਾ, ਜਦੋਂ ਰੋਲੇ ਪਏ ਨੇ ਅਤੇ ਤੁਸੀਂ ਉਦੋਂ 12 ਸਾਲਾਂ ਦੇ ਸੋ, ਅਤੇ ਕਦੀ 14 ਸਾਲਾਂ ਦੇ, ਅਤੇ ਜਦੋਂ ਉਦੋਂ ਵਡੇਰੇ ਬਹਿ ਕੇ ਆਪਸ ਵਿੱਚ ਗੱਲਬਾਤ ਕਰਦੇ ਹੋਣੇ ਨੇ, ਸੋਚਦੇ ਹੋਣੇ ਨੇ ਕਿ ਹੁਣ ਕੀ ਬਣੇਦਾ, ਮੁਸਲਮਾਨ ਬਣ ਜਾਈਏ। ਹਾਂਜੀ, ਅਤੇ ਸਲਾਹ ਕਰਦੇ ਸਨ ਤੁਹਾਡੇ ਸਾਹਮਣੇ ਬਹਿ ਕੇ ਵਡੇਰੇ? ਕਰਦੇ ਹਾਂ, ਫੇਰ ਆਉਂਦੇ ਹਾਂ, ਚਲੋ ਅੱਲਾ ਮਾਲਕ ਜਾਂ ਜਿਨ੍ਹਾਂ ਦਾ ਕਲਮਾ ਪੜ੍ਹੇ ਆ। ਹਾਂਜੀ, ਸਾਡੇ ਉਹ ਵਾਰਸ ਨੇ। ਠੀਕ ਹੈ, ਅਤੇ ਸਭ ਕੁਛ ਠੀਕ ਸੀ ਉਦੋਂ ਉਹਨਾਂ ਦਿਨਾਂ ਦੇ ਵਿੱਚ ਜਦੋਂ ਤੁਸੀਂ ਮੁਸਲਮਾਨ ਹੋ ਕੇ ਤਾਂ ਰਹੇ ਹੋ, ਵਾਲ ਤੁਸੀਂ ਕਟਵਾ ਛੜੇ ਸਨ ਸਾਰਿਆਂ ਨੇ, ਜੂੜੇ ਲਾ ਛੜੇ ਸਨ? ਸਹੀ ਹੈ, ਅਤੇ ਫਿਰ ਜੱਥਾ ਪਿਆ ਜਦੋਂ, ਤਾਂ ਫਿਰ ਕੀ ਹੋਇਆ? ਜੱਥਾ ਕਿਸ ਦਿਨ ਦੇ ਕਿਹੜੇ ਹਿੱਸੇ 'ਚ ਪਿਆ ਸੀ ਜੱਥਾ? ਜੱਥਾ ਪਿਆ ਸੀ ਕਾਫਰਾਂ ਨੂੰ ਮਾਰਨਾ। ਹਾਂਜੀ, ਲੇਕਿਨ ਉਦੋਂ ਪਤਾ ਨਹੀਂ ਵੀ ਇਹ ਮੁਸਲਮਾਨ ਹੋ ਗਿਆ। ਹਾਂਜੀ, ਮੁਸਲਮਾਨਾਂ ਨੂੰ ਮਾਰਿਆ ਉਹਨਾਂ। ਹਾਂਜੀ, ਸਹੀ ਹੈ, ਮੁਸਲਮਾਨਾਂ ਨੂੰ ਮਾਰਿਆ ਨਾ। ਜੀ ਜੀ, ਬਿਲਕੁਲ, ਮੁਸਲਮਾਨ ਮੁਸਲਮਾਨ ਨੂੰ ਮਾਰੇ ਤਾਂ ਕਿੱਡਾ ਜ਼ੁਲਮ ਹੈ। ਬਿਲਕੁਲ ਜੀ, ਕਿ ਨਹੀਂ ਜ਼ੁਲਮ? ਬੇਕਸੂਰ ਕਿਸੇ ਨੂੰ ਵੀ ਮਾਰੇ ਜ਼ੁਲਮ ਹੈ। ਹਾਂਜੀ, ਬਿਲਕੁਲ, ਭਾਵੇਂ ਉਹ ਸਿੱਖ ਹੀ ਕਿਉਂ ਨਾ। ਹਾਂਜੀ, ਉਹਨੂੰ ਮਾਰੀਏ। ਜੀ ਜੀ, ਨਬੀ ਪਾਕ ਨੇ ਸੀ ਮਾਰਿਆ? ਬਿਲਕੁਲ ਨਹੀਂ ਸੀ ਮਾਰਿਆ, ਕਲਮਾ ਪੜ੍ਹ ਲਿਆ। ਹਾਂਜੀ, ਮੌਲਾ ਅਲੀ ਨੇ ਮਾਰਿਆ ਉਹਨੂੰ। ਹਾਂਜੀ ਹਾਂਜੀ, ਸਹੀ, ਠੀਕ ਹੈ। ਹਾਂਜੀ, ਇਹਨਾਂ ਮੁਸਲਮਾਨਾਂ ਨੇ ਕਲਮਾ ਪੜ੍ਹ ਕਲਮੇ ਵਾਲਿਆਂ ਨੂੰ ਮਾਰਿਆ ਹੈ। ਹਾਂਜੀ, ਇਹਨਾਂ ਵਿੱਚ ਸਲਾਹ। ਹਾਂਜੀ ਹਾਂਜੀ, ਠੀਕ ਹੈ। ਅਤੇ ਜਦੋਂ ਜੱਥਾ ਪਿਆ ਸੀ ਪਿੰਡ 'ਚ, ਅਤੇ ਉਦੋਂ ਤੁਸੀਂ ਕੀ ਕਰਦੇ ਸੋਭੇ? ਅਸੀਂ ਵਾਈ ਸਹੀ ਕਰਦੇ ਹਾਂ ਆਪਣੀ। ਹਾਂ, ਜਿਹਨੂੰ ਜਥਾ ਪਿਆ ਇੱਥੇ ਸਾਡੇ ਡੰਗਰ ਬੱਜੇ ਸਨ। ਹਾਂਜੀ, ਮੇਰਾ ਤਾਇਆ ਵੀ ਇੱਥੇ ਸੀ ਜੀ। ਉਹਨੂੰ ਤੇ ਗਿੱਲ ਵਾਲਿਓ ਇੱਕ ਮੁੰਡਾ ਪਿਆ ਜੀ, ਉਹ ਘੋੜੀ ਜਿਹਾ ਭਾ ਕੇ ਲੈ ਗਿਆ ਬਈ। ਅੱਛਾ, ਭਜਾ ਕੇ ਘੋੜੀ ਜਥੇ 'ਚੋਂ। ਤੁਹਾਡੇ ਤਾਏ ਦਾ ਨਾਂ ਕੀ ਸੀ? ਦੇਵੀ ਜਿੱਤਾ। ਅੱਛਾ, ਅਤੇ ਮੈਂ ਇਸ ਜਿਉਂ ਦੱਸਿਆ ਇਹਨਾਂ ਦੇ ਖੂਹ 'ਤੇ ਜਾ ਕੇ ਲੁੱਕ ਗਿਆ ਸਾਣੇ 'ਚ। ਹਾਂਜੀ, ਸਹੀ ਹੈ, ਸਾਣੇ ਬੰਦਾ ਕੋਈ ਨਹੀਂ ਵੜਿਆ। ਹਾਂਜੀ, ਉਹ ਲੈਣੋਂ ਪਰ ਲੰਘ ਕੇ ਪਰ ਲੰਘ ਗਏ ਨੇ। ਹਾਂਜੀ, ਦਿਨ ਦਾ ਕਿੰਨਾ ਕੁ ਵੇਲਾ ਸੀ ਉਦੋਂ? ਉਹੀ ਟਾਈਮ ਸੀ, ਇਹ ਟਾਈਮ ਸੀ। ਸਹੀ, ਅਤੇ ਜੱਥੇ 'ਚ ਕਿੰਨੇ ਕੁ ਬੰਦੇ ਆਏ ਸਨ ਇਕੱਠੇ ਹੋ ਕੇ? ਤੇ ਬੰਦੇ? ਹਾਂਜੀ, ਮੈਂ ਕਿਹੜਾ ਗਿਣੇ ਨੇ, ਨਹੀਂ ਅੰਦਾਜ਼ਾ, ਚੰਗੇ ਭਲੇ ਸਨ, ਘੱਟ ਤੋਂ ਘੱਟ ਵੀ 40-50 ਦੇ ਹੋਣਗੇ। ਸਹੀ ਹੈ, ਅਤੇ ਉਹਨਾਂ ਨੇ ਫਿਰ ਇੱਥੇ ਕਿੰਨੇ ਕੁ ਬੰਦੇ ਮਾਰੇ ਸਨ ਉਦੋਂ? ਕੁਹਾੜੀਆਂ, ਛਵੀਆਂ, ਹਾਂਜੀ, ਸਾਰੇ ਕੋਲ ਫੜੀਆਂ ਹਨ। ਸਹੀ ਹੈ, ਅਤੇ ਉਹਨਾਂ ਕਿੰਨੇ ਕੁ ਬੰਦੇ ਮਾਰੇ ਸਨ ਪਿੰਡ 'ਚ ਉਦੋਂ? ਫਿਰ ਉਹਨਾਂ 5 ਬੰਦੇ ਮਾਰੇ। 5 ਬੰਦੇ ਮਾਰੇ ਸਨ, ਕਿਹੜਾ ਕਿਹੜਾ? ਪਿਆਰਾ ਸਿੰਘ ਜੀ, ਵੇਲਾ ਸਿੰਘ ਜੀ, ਇਹ ਖਤਰਾਣੀ ਦਾ ਪੁੱਤਰ ਸੀ ਜੀ, ਜੀ ਉਹ ਮਾਰਿਆ, ਸੁਨਿਆਰੇ 2 ਮਾਰੇ, ਚਾਚਾ ਪਤਰੀਆ ਹਰੀ ਸਿੰਘ, ਇਹ ਕ੍ਰਿਸ਼ਨ ਸਿੰਘ ਅਤੇ ਅੰਬਰ ਸਿੰਘ, ਇਹ ਜੋ ਚਾਚਾ ਪਤਰੀਆ ਇਹ ਮਾਰੇ। ਬਾਕੀ ਜਦੋਂ ਤੁਹਾਨੂੰ ਪਤਾ ਲੱਗਾ ਸੀ ਕਿ ਹੁਣ ਜੱਥਾ ਆਈ ਹੈ, ਅਤੇ ਤੁਸੀਂ ਜਦੋਂ ਨੱਸ ਕੇ ਅਤੇ ਲੁਕਣ ਵਾਸਤੇ ਗਏ ਸੋ, ਉਦੋਂ ਤੁਹਾਡੇ ਜ਼ਿਹਨ 'ਚ ਕੀ ਚੱਲਦਾ ਸੀ ਪਿਆ? ਤੁਸੀਂ ਕਿੰਨਾ ਕੁ ਡਰੇ ਸੋ ਉਦੋਂ? ਮੈਂ ਬੱਚਾ ਹਾਂ। ਹਾਂਜੀ, ਦੱਸ ਗਿਆ ਮੈਂ ਤੇ ਜਸੇ ਦੇ ਇੱਧਰ ਦੁਆਲੇ ਫਿਰਦਿਆਂ ਟੁੱਟਦਿਆਂ ਮੈਂ ਤੇ ਨਿਕਲ ਗਿਆ। ਹਾਂਜੀ, ਇੱਥੇ ਅੱਗੇ ਸਾਡਾ ਮਕਈਆਂ ਮਕੂਈਆਂ ਕਮਾਦ ਬਾਜਰੇ, ਹਾਂਜੀ, ਵਿੱਚੋਂ ਦੀ ਹੋ ਕੇ ਮੈਂ ਤੇ ਫਿਰ। ਸਹੀ ਹੈ, ਉਹਨਾਂ ਦਿਨਾਂ ਦੇ ਵਿੱਚ ਮੀਂਹ ਵੀ ਚੰਗੇ ਵਸੇ ਸਨ, ਵੇਖਿਆ ਨਾਲੇ ਜਿਹਦੀ ਵਧੀ ਹੋਵੇ ਨਾ, ਹਾਂਜੀ, ਉਹਨੂੰ ਅੱਲਾ ਬਚਾਉਂਦਾ ਵੇ। ਸਹੀ ਹੈ, ਉਹਨੇ ਕਮਾਰ। ਹਾਂਜੀ, ਬਿਲਕੁਲ, ਉਹ ਜਸੇ ਵਿੱਚੋਂ ਮੈਂ ਗਿਆ ਵਾਂ। ਸਹੀ ਹੈ, ਨਹੀਂ ਵੇਖਿਆ ਉਹਨਾਂ, ਠੀਕ, ਮੈਂ ਦੱਸ ਗਿਆ। ਸਹੀ, ਅਤੇ ਕਿੰਨੇ ਕੁ ਚਿਰ ਮਗਰੋਂ ਫਿਰ ਇੱਥੋਂ ਟੁਰ ਗਏ ਸਨ? ਸ਼ਾਮ ਤੋਂ ਪਹਿਲਾਂ ਹੀ ਟੁਰ ਗਏ ਸਨ ਇੱਥੋਂ ਕੰਮ ਕਾ ਕੇ? ਜਦੋਂ ਇਹ ਮਾਰੇ ਗਏ ਨਾ, ਹਾਂਜੀ, ਦੂਜੇ ਚੌਥੇ ਦਿਨ ਸਭ ਨਿਕਲ ਗਏ। ਸਹੀ ਹੈ, ਠੀਕ ਹੈ, ਦੂਜੇ ਚੌਥੇ ਦਿਨ ਸਾਰੇ ਨਿਕਲ ਗਏ ਸਨ। ਸਹੀ, ਅਤੇ ਤੁਹਾਡੇ ਜਿਹੜੇ ਅੱਬਾ ਜੀ ਨੇ, ਉਹਨਾਂ ਨੇ ਫਿਰ ਕਿਹਦੇ ਨਾਲ ਸਲਾਹ ਕੀਤੀ ਕਿ ਸਾਨੂੰ ਅਸਾਂ ਇੱਥੇ ਹੀ ਰਹਿਣਾ, ਭਾਵੇਂ ਇਹਨਾਂ ਮਾਰਿਆ ਫਿਰ ਵੀ ਅਸਾਂ ਇੱਥੇ ਹੀ ਰਹਿਣਾ, ਅਤੇ ਉਹਨਾਂ ਨੇ ਫਿਰ ਇਹ ਫੈਸਲਾ ਕੀਤਾ ਕਿ ਅਸਾਂ ਇੱਥੇ ਹੀ ਰਹਿਣਾ? ਉਹਨਾਂ ਕਲਮਾ ਪੜ੍ਹ ਲਿਆ ਸੀ। ਹਾਂਜੀ, ਉਹਨਾਂ ਕਲਮੇ ਵਾਲੇ ਨਾਲ ਸਲਾਹ ਕਰਨੀ ਹੋ ਕੇ? ਹਾਂਜੀ ਹਾਂਜੀ, ਠੀਕ, ਬੇਟੇ ਆਪਣੇ ਰਹਿ ਨਾ। ਹਾਂਜੀ, ਜਿਹਨਾਂ ਨਾਲ ਸਲਾਹ ਕਰਨੀ ਸੀ। ਹਾਂਜੀ,
ਅੱਬਾ ਜੀ ਦੇ ਚਾਚੂ ਤਾਈਓ ਲੱਗਦੇ ਸਨ, ਉਹਨਾਂ ਵਿੱਚੋਂ ਕਿਸੇ ਨੇ ਆਖਿਆ ਨਹੀਂ ਸੀਗਾ ਤੂੰ ਵੀ ਸਾਡੇ ਨਾਲ ਟੁਰ? ਜਿਹੜੇ ਸਾਡੇ ਨਜ਼ਦੀਕੀ ਸਨ ਹਾਂਜੀ ਉਹ ਸਾਰੇ ਚਲੇ ਗਏ। ਹਾਂਜੀ ਉਹਨਾਂ ਆਖਿਆ ਨਹੀਂ ਸੀ ਤੁਹਾਨੂੰ ਵੀ ਤੁਸੀਂ ਵੀ ਆ ਜਾਓ? ਤਿੰਨੇ ਤੁਹਾਡੇ ਤੋਂ ਵੱਡੇ ਸਨ? ਤਿੰਨੇ ਵੱਡੇ ਸਨ। ਸਹੀ ਹੈ। ਤੇ ਇਹਨਾਂ ਨੇ ਜਾਣ ਲੱਗਿਆ ਮਤਲਬ ਤੁਹਾਨੂੰ ਇਹ ਮਿਲ ਕੇ ਗਏ ਸਨ ਕਿ ਅੜੀ ਕੀ? ਹਾਂ ਟਰੱਕ ਆ ਜਾ ਭੱਜ ਗਏ ਵਿੱਚ ਵੜਗੜ ਰੱਖ ਜੀ ਉਹਦੇ ਕੋਲ ਮਿਲਦਾ ਸੀ। ਹਾਂ ਤੇ ਉਹਨਾਂ ਨੂੰ ਪਤਾ ਸੀ ਕਿ ਇਹ ਅੱਬੇ ਹਰੀ ਆਪੋ ਆਪਣੀ ਜਾਣਦਾ ਸੀ। ਹਾਂਜੀ ਉਹਨਾਂ ਨੂੰ ਪਤਾ ਸੀ ਕਿ ਅੱਬੇ ਹਰੀ ਇੱਥੇ ਰਹਿ ਗਏ ਨੇ ਕਿ ਨਹੀਂ ਸੀ ਪਤਾ? ਪਤਾ ਹੋਣੇਗਾ ਜਾਂ ਨਾ ਪਤਾ ਹੋਵੇਗਾ, ਉਹ ਭੱਜ ਕੇ ਵੜਗੜ ਰੱਖੇ ਜੇ ਉਹ ਨਿਕਲ ਗਏ। ਠੀਕ। ਲਾਮੂ ਕਿਸੇ ਪਿੰਡ ਦੇ ਜਿਹੜੇ ਸਿੱਖ ਨੇ ਉਹ ਤਾਂ ਨਹੀਂ ਸਨ ਆ ਕੇ ਇੱਥੇ ਬੈਠੇ ਕਿ ਵੀ ਇਕੱਠੇ ਹੋ ਕੇ ਇੱਥੋਂ ਜਾਂਦੇ ਹਾਂ? ਠੀਕ। ਤੇ ਅੱਬਾ ਜੀ ਬਾਅਦ ਵਿੱਚ ਫਿਰ ਪੁੱਤਰਾਂ ਨੂੰ ਯਾਦ ਕਰਕੇ ਤਿੰਨਾਂ ਨੂੰ ਕਿੰਨਾ ਕੁ ਰੋਂਦੇ ਸਨ? ਸਾਡੇ ਸਾਹਮਣੇ ਨਾ ਰੋਂਦੇ। ਸਾਡੇ ਬਾਅਦ ਗੱਲੇ ਰੋਂਦੇ ਹੋਣਗੇ। ਸਾਡੇ ਸਾਹਮਣੇ ਨਹੀਂ ਰੋਏ, ਗੱਲ ਵੀ ਨਹੀਂ ਸਨ ਛੇੜਦੇ। ਕੀ ਨਹੀਂ ਕਰਦੇ? ਗੱਲ ਵੀ ਨਹੀਂ ਸਨ ਉਹਨਾਂ ਦਾ ਤੁਹਾਡੇ ਸਾਹਮਣੇ, ਉਹਨਾਂ ਦੀ ਗੱਲ ਵੀ ਨਹੀਂ ਸਨ ਛੇੜਦੇ। ਨਹੀਂ ਘੱਟ ਵਾਜੀ ਕਰਦੇ ਸਨ ਇਸ ਵਾਸਤੇ ਜੀ ਇਹਨਾਂ ਦੇ ਦਿਲ ਵਿੱਚ ਨਾ ਗੱਲ ਆਵੇ। ਹਾਂਜੀ ਬੱਚੇ ਨੇ ਜੀ ਜੀ ਸਹੀ ਹੈ। ਇਸ ਵਾਸਤੇ ਸਾਡੇ ਸਾਹਮਣੇ ਰੋਂਦੇ। ਠੀਕ ਹੈ। ਤੇ ਔਲਾਦ ਦਾ ਦੁੱਖ ਜਿਹਾ ਹੁੰਦਾ। ਹਾਂਜੀ ਹਾਂਜੀ। ਅੱਛਾ ਤੇ ਤੁਹਾਡਾ ਤੁਹਾਡਾ ਪਹਿਲਾਂ ਨਾਂ ਕੀ ਸੀ ਮੁਸਲਮਾਨ ਹੋਣ ਤੋਂ ਪਹਿਲਾਂ? ਪਹਿਲਾਂ ਹਾਂ ਸਵਰਨ। ਤੇ ਫਿਰ ਤੁਸੀਂ ਨਾਂ ਰੱਖਿਆ ਮੁਹੰਮਦ ਬੂਟਾ? ਤੇ ਤੁਹਾਡੇ ਅੱਬਾ ਜੀ ਦਾ ਪੁਰਾਣਾ ਕੀ ਨਾਂ ਸੀ? ਭਗਵਾਨ। ਭਗਵਾਨ। ਤੇ ਉਹਨਾਂ ਦਾ ਫਿਰ ਕੀ ਨਾਂ ਰੱਖਿਆ? ਅਲੀ ਮੁਹੰਮਦ। ਅਲੀ ਮੁਹੰਮਦ। ਤੇ ਨਿੱਕੇ ਭਰਾ ਦਾ? ਉਹਦਾ ਨਾਂ ਪਿਆਰਾ ਜੀ। ਫਿਰ ਰਮਤ ਰੱਖਿਆ। ਰਮਤ ਰੱਖਿਆ। ਠੀਕ ਹੈ। ਅੱਛਾ ਇੱਥੋਂ ਉਹ ਟੁਰ ਗਏ ਸਨ ਜਦੋਂ, ਤੇ ਫਿਰ ਜਾ ਕੇ ਇੰਡੀਆ 'ਚ ਉਹਨਾਂ ਦਾ ਤੁਹਾਡੇ ਨਾਲ ਕੋਈ ਖੱਤ ਪੱਤਰ ਦੇ ਉੱਤੇ ਗੱਲਬਾਤ ਰਹੀ? ਖੱਤ ਆਉਂਦੇ ਰਹੇ ਨੇ ਜੀ, ਭਰਾਵਾਂ ਦੀਆਂ ਫੋਟੋਆਂ ਵੀ ਆਈਆਂ ਨੇ ਖੱਤ ਦੇ ਵਿੱਚ। ਅੱਛਾ ਉਹ ਤੋਂ ਬਾਅਦ ਫਿਰ ਨਾਂ ਤੇ ਖੱਤ ਆਏ ਨੇ। ਖੱਤ ਕਿੰਨੇ ਕੁ ਚਿਰ ਪਿੱਛੋਂ ਖੱਤ ਆਇਆ ਸੀ ਪਹਿਲਾਂ? ਕਿੰਨੇ ਕੁ ਚਿਰ ਮਗਰੋਂ ਖੱਤ ਆਇਆ ਸੀ ਪਹਿਲਾਂ? 4 ਸਾਲ ਆਉਂਦੇ ਰਹੇ ਨੇ। ਨਹੀਂ ਪਹਿਲਾਂ ਜਿਹੜਾ ਖੱਤ ਸੀ ਕਿੰਨੇ ਚਿਰ ਮਗਰੋਂ ਆਇਆ ਸੀ? ਪਹਿਲਾਂ ਖੱਤ ਉਹਨਾਂ ਦਾ ਕੁਝ 3-4 ਮਹੀਨਿਆਂ ਬਾਅਦ ਆ ਗਿਆ ਸੀ। ਤੇ ਕੀ ਆਉਂਦੇ ਸਨ ਉਹ ਖੱਤੇ 'ਚ? ਕੋਈ ਨਹੀਂ, ਖਾਤੇ ਲਿਖਿਆ ਉਹਨਾਂ, ਪੁੱਛਿਆ ਹਾਲ ਚਾਲ, ਅੱਬੇ ਨੂੰ ਪੁੱਛਿਆ ਤੁਸੀਂ ਨਹੀਂ ਆਏ ਜੀ? ਇਹਨਾਂ ਆਖਿਆ ਅਸੀਂ ਤਾਂ ਮੁਸਲਮਾਨ ਹੋ ਗਏ ਹਾਂ ਜੀ, ਅਸਾਂ ਕਿੱਥੇ ਜਾਣਾ ਹੁਣ? ਤਿੰਨਾਂ ਭਰਾਵਾਂ ਦੀਆਂ ਫੋਟੋਆਂ ਸਨ ਵਿੱਚ? ਦੋਵਾਂ ਦੀਆਂ ਫੋਟੋਆਂ ਵੀ ਆ ਰਹੀਆਂ ਨੇ। ਸਹੀ ਹੈ। ਠੀਕ। ਇੱਕ ਕਿਲੇ ਵੱਖਰਾ ਬਹਿ ਗਿਆ ਉਹਨਾਂ ਤੋਂ, ਸਹੀ ਪਤਾ ਨਹੀਂ ਕਿੱਥੇ, ਉਹਦਾ ਨਹੀਂ ਪਤਾ ਅੱਜ ਤੱਕ ਨਹੀਂ ਪਤਾ ਹੈ। ਅੱਬਾ ਜੀ ਨੇ ਫਿਰ ਕਦੀ ਕੋਸ਼ਿਸ਼ ਨਹੀਂ ਸੀ ਕੀਤੀ ਕਿ ਮੈਂ ਪੁੱਤਰਾਂ ਨੂੰ ਮਿਲਣ ਲਈ ਜਾਵਾਂ? ਗਏ ਨੇ। ਅੱਛਾ ਗਏ ਸਨ? ਉਦੋਂ ਉਹ ਜਿਉਂਦੇ ਸਨ ਉੱਥੇ ਤਿੰਨੇ ਹੀ? ਹਾਂ। ਤੇ ਦੋ ਹੀ ਮਿਲੇ ਨੇ, ਤੀਜਾ ਨਹੀਂ ਮਿਲਿਆ? ਤੀਜਾ ਵੀ ਉਹਨਾਂ ਨੂੰ ਮਿਲਿਆ ਹੋਵੇਗਾ, ਮੈਨੂੰ ਨਹੀਂ ਪਤਾ। ਸਹੀ ਹੈ। ਕਿੰਨੇ ਕੁ ਦਿਨ ਉੱਥੇ ਰਹਿ ਕੇ ਆਏ ਸਨ? ਉੱਥੇ 2 ਮਹੀਨੇ ਰਹਿ ਕੇ ਆਏ ਨੇ। ਕਿੰਨਾ ਮਹੀਨਿਆਂ ਦਾ ਵੀਜ਼ਾ ਸੀ? ਜੀ 2 ਮਹੀਨੇ ਰਹਿ ਕੇ ਆਏ ਜੀ। ਛੋਟਾ ਮੇਰਾ ਭਰਾ ਵੀ ਗਿਆ ਸੀ। ਹਾਂਜੀ। ਅੱਬਾ ਜੀ ਵੀ ਗਿਆ। ਸਹੀ ਹੈ ਸਹੀ। ਤੇ ਉਹਨਾਂ 'ਚੋਂ ਕੋਈ ਪਰਤ ਕੇ ਇੱਥੇ ਆਇਆ ਕਦੀ? ਉਹਨਾਂ 'ਚ ਨਹੀਂ ਆਇਆ। ਹੋਰ ਪਿੰਡ ਦੇ ਆਉਂਦੇ ਨੇ। ਸਹੀ। ਠੀਕ। ਤੇ ਤੁਸੀਂ ਵੀ ਇੰਡੀਆ ਗਏ ਹੋ? ਮੈਂ ਵੀ ਇੰਡੀਆ ਗਿਆ। ਅੱਛਾ। ਇਹ ਕਿੰਨਾ ਕੁ ਚਿਰ ਹੋ ਗਿਆ? 2013 ਔਲਾਦ ਹੈ ਵੇ? ਉਹ ਇੰਡੀਆ 'ਚ ਕਿੱਥੇ ਬੈਠੇ ਨੇ? ਪਟਿਆਲੇ 'ਚ। ਪਟਿਆਲੇ 'ਚ ਬੈਠੇ ਨੇ? ਉੱਥੇ ਬੈਠੇ ਨੇ। ਸਹੀ ਹੈ। ਕਿਲ੍ਹਾ ਬਹਾਦਰਗੜ੍ਹ ਪਿੰਡ ਦਾ ਨਾਂ ਕੀ ਹੈ? ਤੁਸੀਂ ਜਦੋਂ ਉੱਥੇ ਗਏ ਸੋ ਤੇ ਜ਼ਰਾ ਉਹ ਦੱਸੋ, ਜਦੋਂ ਤੁਸੀਂ ਉਹਨਾਂ ਨੂੰ ਜਾ ਕੇ ਉੱਥੇ ਮਿਲੇ ਤੇ ਉਹ ਕਿਵੇਂ ਪਿੰਡ ਜਦੋਂ ਤੁਸੀਂ ਵੜੇ ਸੋ ਤੇ ਉੱਥੇ ਫਿਰ ਕਿੰਜ ਦਾ ਮਾਹੌਲ ਸੀ ਉਦੋਂ? ਪਥਰੀਆ ਹੀ ਮਿਲਿਆ ਸੀ। ਹਾਂਜੀ। ਜੱਫੀ ਪਾ ਕੇ ਮਿਲ ਪਿਆ। ਨਾਲੇ ਉਦੋਂ ਰੋ ਪਿਆ। ਪੰਜਾਂ 'ਚੋਂ ਤੁਸੀਂ ਰਹਿ ਗਏ ਹੋ ਜੀ, ਮੈਨੂੰ ਆਉਂਦਾ ਸੀ
ਤੁਸੀਂ ਵੀ ਇੱਥੇ ਰਹੋ ਮੇਰੇ ਕੋਲ ਜੀ। ਮੈਂ ਚਾਚੇ ਦਾ ਵੀ ਭੋਗ ਪਾਇਆ। ਹਾਂਜੀ ਭੋਗ ਪਤਾ ਖਿਲਵਾਉਂਦੇ ਨੇ? ਹਾਂਜੀ ਭੋਗ ਜੀ ਜੀ ਪਾਈ ਏ। ਹਾਂਜੀ ਹਾਂਜੀ ਚਾਚੇ ਦਾ ਭੋਗ ਪਾਇਆ, ਰੋਟੀ ਖਵਾਈ ਲੋਕਾਂ ਨੂੰ। ਹਾਂਜੀ ਤੁਹਾਡਾ ਮੈਂ ਭੋਗ ਪਾਵਾਂਗਾ। ਹਾਂਜੀ ਮੈਂ ਕਿਹਾ ਹੁਣੇ ਪਾ ਦੇ। ਨਹੀਂ ਉਹ ਤੇ ਖੈਰ ਹੁਣੇ ਪਾ ਦੇ ਮੇਰਾ ਦੇ। ਹਾਂਜੀ ਪਟਿਆਲੇ ਟੁਰ ਗਏ ਨੇ ਸਾਡੇ ਕੋਲ, ਸਾਨੂੰ ਵੀ ਪਤਾ ਨਹੀਂ ਸੀ। ਹਾਂਜੀ ਠੀਕ ਹੈ, ਪਾਣੀ ਪਾਤੇ ਸਾਨੂੰ ਮਿਲੇ ਨੇ। ਅੱਛਾ ਤੇ ਫਿਰ ਉੱਥੇ ਜਿਹੜਾ ਤੁਸੀਂ ਟਾਈਮ ਲੰਘਾਇਆ ਉਹ ਫਿਰ ਰਾਤ ਨੂੰ ਜਦੋਂ ਇਕੱਠੇ ਹੋ ਕੇ ਬਹਿੰਦੇ ਸੋ ਤੇ ਕੀ ਗੱਪਸ਼ਪ ਹੁੰਦੀ ਸੀ ਤੁਹਾਡੇ ਚ? ਗੱਪਸ਼ਪ ਆਪਣੀ ਲਾਉਂਦੇ ਸਾਂ। ਸੰਤਾਲੀ ਨੂੰ ਉਹਨਾਂ ਦੇ ਬੱਚੇ ਯਾਦ ਕਰਦੇ ਸਾਂ? ਬੱਚੇ? ਹਾਂਜੀ ਮੇਰਾ ਭਤੀਜਾ ਆਉਂਦਾ ਸੀ। ਹਾਂਜੀ ਉਹ ਮੇਰਾ ਮਾਮਾ ਕਹਿੰਦਾ ਸੀ ਨਾ ਜਾਈ ਓ ਮਸਲੇ ਵੱਢ ਦੇਣਗੇ। ਸਹੀ ਨਾ ਜਾਈ ਉੱਥੇ ਪਾਕਿਸਤਾਨ ਨਾ ਜਾਈ ਉਹ ਮਸਲੇ ਵੱਢ ਦੇਣਗੇ। ਮੈਂ ਤੇ ਚਾਚਾ ਇਸ ਤੋਂ ਨਹੀਂ ਆਇਆ। ਮੈਂ ਕਿਹਾ ਕੋਈ ਨਹੀਂ ਵੱਢਦਾ। ਉਹ ਲੰਘ ਗਿਆ ਟਾਈਮ, ਅੱਠ ਵਾਰ ਜ਼ੋਰ ਸੀ ਲੰਘ ਗਿਆ ਵੀ ਜੀ ਹੁਣ ਕੌਣ ਵੱਢਦਾ ਉੱਥੇ। ਸਾਰੇ ਲੋਕ ਜਾਂਦੇ ਆਉਂਦੇ ਨੇ ਉਹਨਾਂ ਦੇ ਨਾਲ। ਹੁਣ ਤੁਹਾਡਾ ਰਾਬਤਾ ਹੁੰਦਾ ਹਈਏ ਤਾਈ? ਹੁੰਦਾ ਕਦੀ ਕਦੀ। ਹਾਂਜੀ ਹੋ ਜਾਂਦਾ। ਸਹੀ ਹੈ। ਮਾੜੂ ਸਿੰਘ ਦੇ ਮਰ ਗਿਆ ਆਪ ਜੀ। ਜੀ ਜੀ ਅੱਗੋਂ ਦੇ ਬੱਚੇ ਹੀ ਨੇ। ਆਪਣੇ ਪਤਰੀਆਂ ਨੂੰ ਆਪਣੇ ਲੋਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੋ ਤੇ ਉਹਨਾਂ ਨੂੰ ਤੁਸੀਂ ਆ ਸਕਦੇ ਹੋ? ਸੁਨੇਹਾ ਪਹੁੰਚਾ ਦਿਓਗੇ? ਹਾਂਜੀ ਹਾਂਜੀ। ਕਿਵੇਂ? ਇਹਦੇ ਰਾਹੀਂ ਜਾਏਗਾ। ਹਾਂਜੀ ਕਰੋ ਉਹਨਾਂ ਨਾਲ ਗੱਲ, ਆਏ ਸਮਝੋ ਸਾਹਮਣੇ ਬੈਠੇ ਆ। ਹਾਂਜੀ ਅੱਛਾ। ਹਾਂਜੀ ਕਿੱਥੇ ਬੈਠਾ ਹੋਵੇ ਤੁਸੀਂ ਗੱਲ ਕਰੋ। ਹਾਂਜੀ ਹਾਂਜੀ ਜਗਦੇਸ਼ ਨਾਲ ਕਰੋ। ਜਗਦੇਸ਼ ਨਾਲ ਨਜ਼ਰ ਵੀ ਘੱਟ ਗਈ ਏ। ਹਾਂਜੀ ਆ ਕੇ ਮਿਲ ਜਾਓ। ਸਹੀ ਤੇ ਤੁਹਾਡੇ ਅੱਬੇ ਹਰਾਂ ਨੂੰ ਫੋਤ ਹੋਇਆ ਕਿੰਨਾ ਕੁ ਚਿਰ ਹੋ ਗਿਆ? 70-75 ਦੀ ਫੋਤ ਹੋ ਗਿਆ। 70-75 ਚ? ਅੱਛਾ ਜਦੋਂ ਉਹ ਇੰਡੀਆ ਗਏ ਸਨ ਤੇ ਤਿੰਨਾਂ ਪੁੱਤਰਾਂ ਨੂੰ ਜਦੋਂ ਮਿਲ ਕੇ ਆਏ ਸਨ ਤੇ ਤੁਹਾਨੂੰ ਆ ਕੇ ਕੀ ਆਂਦੇ ਸਨ ਉਸ ਬਾਰੇ ਚ? ਹਾਂ ਠੀਕ ਨੇ ਉਹ। ਆਪਣਾ ਲੜਾਈ ਜੋਤੀ ਕਰਦੇ, ਇੱਕ ਤੋਂ ਜੋ ਫੌਜ ਹੀ ਸੀ। ਹਾਂਜੀ ਤੇ ਦੂਜਾ ਵੀ ਜਾ ਕੇ ਫੌਜ ਚ ਹੋ ਗਏ। ਤੇ ਜਦੋਂ ਇੱਥੇ ਜੱਥੇ ਪਏ ਸਨ ਤੇ ਜਿਹੜੀ ਇੱਥੋਂ ਦੀ ਜੱਟ ਬਲਾਦਰੀ ਹੈ ਇੱਥੇ ਸਾਡੇ ਪਿੰਡਾਂ ਦੀ, ਇਹਨਾਂ ਨੇ ਤੇ ਮਤਲਬ ਲੋਕਾਂ ਨੂੰ ਕਿਸੇ ਨੂੰ ਕੋਈ ਕੁਛ ਨਹੀਂ ਸੀ ਆਖਿਆ ਹੈ? ਨਹੀਂ ਸੀ ਕੁਛ ਵੀ ਆਖਿਆ। ਨਹੀਂ ਇਹਨਾਂ ਨੇ ਕੁਝ ਆਖਿਆ। ਹਾਂ ਠੀਕ ਹੈ, ਤੁਹਾਡੀ ਬਹੁਤ ਮਿਹਰਬਾਨੀ, ਤੁਸੀਂ ਗੱਲਬਾਤ ਕੀਤੀ। ਸਹੀ ਹੈ, ਸਹੀ। ਅੱਲਾ ਹਾਫਿਜ਼।